ਮਾਸ਼ਾਅੱਲਾ ਸ਼ਾਮ ਦਾ ਟਾਈਮ ਜੀ, ਮਾਸ਼ਾਅੱਲਾ ਹਫਤਾ ਦਾ ਟਾਈਮ ਹੋ ਗਿਆ। ਹੋਰ ਕਿੰਨੇ ਪਾਕ ਦੇਣ ਤੁਸੀਂ ਪਾਕ ਦੇਣੀ ਮਾਸ ਮਾਸ਼ਾਅੱਲਾ ਪੜ੍ਹ ਲਈ ਸੀ, ਹੁਣ ਇਕਰਾ ਨਮਾਜ਼ ਪੜ੍ਹਦੇ ਵਿੱਚ ਥੋੜੇ ਖਰਚ ਲੈਂਦੇ ਸੀ, ਬਾਕੀ ਆਪਣਾ ਗੱਲਾਂ ਪਾਇਆ ਸੀ ਇੰਡੀਆਂ ਦੀ ਆਲੂ ਅੰਡਿਆਂ ਦਾ ਰੋਟੀ ਮਾਸ਼ਾਅੱਲਾ ਹੋ ਗਈ ਜੀ ਤਿਆਰ, ਰੋਟੀ ਬਣ ਗਈ ਔਰ ਚਾਏ ਵੀ ਇੱਧਰ ਬਣਾ ਕੇ ਮੈਂ ਨਾਲ ਹੀ ਮੈਂ ਚਾਏ ਰੱਖ ਲਈ ਸੀ ਇੱਕ ਸਾਈਡ 'ਤੇ। ਅਸਲਾਮ ਅਲੈਕੁਮ ਪਿਆਰੇ ਭੈਣ ਭਾਈਓ, ਕੀ ਹਾਲ ਚਾਲ ਹੈ? ਮੈਂ ਠੀਕ ਠਾਕ ਹਾਂ, ਉਮੀਦ ਕਰਤੀ ਕਿ ਆਪ ਸਭ ਵੀ ਠੀਕ ਠਾਕ ਹੋਗੇ, ਜਾਂ ਵੀ ਰਹੇ ਖੁਸ਼ ਰਹੇ, ਆਬਾਦ ਰਹੇ, ਹੱਸਦੇ ਰਹੇ, ਮੁਸਕਰਾਤੇ ਰਹੇ। ਤਾਂ ਜੀ ਹਮਾਰੀ ਆਜ ਕੀ ਸੁਬਹਾ, ਆਜ ਕੀ ਸਹਿਰੀ, ਸਹਿਰੀ ਕਾ ਟਾਈਮ ਹੋ ਗਿਆ ਜੀ ਮਾਸ਼ਾਅੱਲਾ, 4:25 ਹੋ ਗਏ ਨੇ ਟਾਈਮ ਦੇ ਕੇ, ਔਰ ਰਾਤ ਹੋ ਰਹੀ ਹੈ ਜੀ, ਲਾਈਟ ਬੰਦ, 4:26 ਹੋ ਗਏ ਨੇ ਰਾਤ ਲਾਈਟ ਬੰਦ ਰਹੀ ਹੈ। ਫਿਰ ਸੁਬਹਾ ਜਦੋਂ ਸਾਰੇ ਟਾਈਮ ਉੱਠੇ, ਜਰਾ ਲੇਟ ਹੀ ਉੱਠੇ, ਲਾਈਟ ਬੰਦ ਸੀ, ਅਤੇ ਜਦੋਂ ਬਣਾ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਰਾਤ ਹੀ, ਅਤੇ ਮੈਂ ਕਿਹਾ ਵੀ ਨਾ ਕਿਹਦਾ ਨਾਮ ਬਣਾਉਣਾ ਵਾ ਸਾਰੀ ਸਹਿਰੀ, ਉਹ ਬਾਹਰ ਮੈਂ ਲਾਈਟ ਜਗਾਈ ਹੈ, ਬਲਬ ਜਗਾਇਆ, ਅਤੇ ਉਹ ਪਤਾ ਨਹੀਂ ਬੋਰਡ 'ਚ ਪਾਣੀ ਪੈ ਗਿਆ ਬਾਰਿਸ਼ਾਂ 'ਚ ਪਈਆਂ, ਉਹਦੀ ਵਜ੍ਹਾ ਨਾਲ, ਅਤੇ ਉਹ ਬਾਹਰ ਦੀ ਲਾਈਟ ਨਹੀਂ ਜਗੀ, ਬਲਬ ਪਤਾ ਸੜ ਗਏ ਜਾਂ ਬੋਰਡ ਸੜ ਗਿਆ, ਕੀ ਮਸਲਾ ਬਣਿਆ। ਫਿਰ ਮੈਂ ਚੁੱਲ੍ਹਾ ਰੱਖ ਲਿਆ ਕਮਰੇ 'ਚ, ਫਿਰ ਮੈਂ ਕਮਰੇ 'ਚ ਰੋਟੀ ਬਣਾ ਲਈ ਹੈ ਸਹਿਰੀ, ਮੈਂ ਕਮਰੇ 'ਚ ਬਣਾ ਲਈ ਹੈ, ਔਰ ਜੀ ਹੁਣ ਕਰਦੇ ਹਾਂ ਸਹਿਰੀ, ਔਰ ਜਿਨ ਜਿਸ ਭੈਣ ਭਾਈ ਨੇ ਰੋਜ਼ਾ ਰੱਖਣਾ ਹੈ ਸਹਿਰੀ ਕਰਨੀ ਹੈ, ਆ ਜਾ ਸਾਡੀਆਂ ਆ ਕੇ ਸਹਿਰੀ ਕਰ ਲੈਣ। ਸ਼ੁਕਰ ਆ ਕਮਰੇ ਦੀ ਲਾਈਟ ਸਹੀ ਸੀ, ਬਾਹਰ ਦੀ ਹੁਣ ਸੁਬਹਾ ਦਿਨ ਚੜ੍ਹੇ ਦੇਖਦੇ ਹਾਂ, ਜਾਂ ਕਿਸੇ ਨੂੰ ਬੁਲਾ ਬੁਲਾਉਂਦੇ ਹਾਂ, ਉਹਨੂੰ ਮਿਸਤਰੀ ਨੂੰ, ਲਾਈਟ ਵਾਲੇ ਨੂੰ, ਬੋਰਡ ਚੈੱਕ ਕਰਾਉਂਦੇ ਹਾਂ ਵੀ ਬੋਰਡ ਸੜਿਆ ਵਾ ਜਾਂ ਕੋਈ ਤਾਰ ਸੜ ਗਈ ਹੈ, ਕੀ ਮਸਲਾ ਬਣਿਆ, ਕਿਉਂਕਿ ਐਵੇਂ ਤਾਂ ਸਹਿਰੀ ਟਾਈਮ ਵੀ ਬਹੁਤ ਮਸਲਾ ਹੈ, ਫਿਰ ਰੋਜ਼ਾ ਰੱਖਣਾ ਹੁੰਦਾ ਹੈ, ਅਤੇ ਲਾਈਟ ਨਾ ਹੋਈ ਤਾਂ ਮਸਲਾ ਬਣ ਗਿਆ। ਹੋ ਗਈ ਹੈ ਗਰਮ, ਮੈਂ ਨਾਲ ਚਾਹੇ ਵੀ ਗਰਮ ਕਰ ਲਈਏ, ਮੈਂ ਕਿਹਾ ਕਿਉਂਕਿ ਗੈਸ ਫਿਰ ਹੋ ਜਾਂਦਾ ਜੀ ਬੰਦ, 4:45 ਗੈਸ ਚੱਲ ਜਾਣਾ, ਔਰ ਇਹ ਜੀ ਕੜੀ ਦਾ ਸਾਲਣ, ਇਹ ਵੀ ਮੈਂ ਗਰਮ ਕਰ ਲਿਆ, ਉਹ ਜੀ ਮੈਂ ਹੁਣ ਕਰਨ ਲੱਗੀ ਹਾਂ ਸਾਰੀ ਰੋਜ਼ਾ ਰੱਖਣ ਲੱਗੀ ਆ ਜੇ ਪਹਿਲੇ ਭੈਣ ਭਾਈ, ਮੈਂ ਸਾਰੀ ਕਰਨੀ ਰੋਜ਼ਾ ਰੱਖਣਾ, ਸਾਡੇ ਨਾਲ ਆ ਕੇ ਰੱਖ ਲੈਣ, ਇਸ ਮੇਰਾ ਰੁਮਾਨ ਦੇ ਰੱਖ ਲਓ। ਮੈਂ ਕਰ ਰਹੀ ਹਾਂ ਜੀ ਕਿਚਨ ਦੀ ਸਫਾਈ, ਔਰ ਡੱਬੇ ਵਗੈਰਾ ਸਾਫ ਕਰਕੇ ਮੈਂ ਲਾ ਕੇ ਉੱਪਰ, ਔਰ ਮੈਂ ਕਿਹਾ ਇੱਥੇ ਚੁੱਲ੍ਹਾ ਰੱਖ ਦਿੰਦੀ ਹਾਂ, ਧੁੱਪ ਨਿਕਲੀ ਹੈ, ਮੌਸਮ ਸਹੀ ਹੈ, ਕੱਪੜੇ ਧੋਤੇ ਹੋਏ ਨੇ, ਅਸੀਂ ਉੱਪਰ ਲਾਉਂਦੇ ਹਾਂ, ਇੱਧਰ ਦਾ ਛਿੱਕਾ ਇੱਧਰ ਠੋਕਦੀ ਹੈ ਕੋਈ ਕਿੱਲ ਵਗੈਰਾ ਨਾ, ਤਾਂ ਉੱਧਰ ਬਾਰਿਸ਼ ਆਉਂਦੀ ਹੈ, ਫਿਰ ਸਾਰਾ ਪਾਣੀ ਉੱਧਰ ਪੈ ਲੱਗੇ, ਬਰਤਨ ਦੁਬਾਰਾ ਲਗਾਰੀਆਂ ਝਾੜੂ, ਹਾਂਜੀ ਕੱਪੜੇ ਝਾੜੂ ਮੈਂ ਲਾ ਹੀ ਸੀ, ਔਰ ਫਰਸ਼ ਤੇ ਕੱਲ ਵੀ ਧੋਤਾ ਹੀ ਸੀ, ਸਾਫ ਹੀ ਹੈ, ਬਸ ਝਾੜੂ ਲਾਣੀ ਹੈ, ਅਸੀਂ ਝਾੜੂ ਲਾ ਦਿੰਦੇ ਹਾਂ। ਕੱਪੜੇ ਹਾਂਜੀ ਮੈਂ ਕਿਹਾ ਕੱਪੜੇ ਥੋੜ੍ਹੇ ਜਿਹੇ ਹੈ ਵਾ ਧੋ ਲਵਾਂ, ਔਰ ਸ਼ਾਮ ਨੂੰ ਫਿਰ ਅਵਤਾਰ ਦੀ ਤਿਆਰੀ ਕਰਨੀ ਹੁੰਦੀ ਹੈ, ਸ਼ਾਮ ਨੂੰ ਟਾਈਮ ਨਹੀਂ ਹੁੰਦਾ, ਸ਼ਾਮ ਨੂੰ ਹਿੰਮਤ ਵੀ ਨਹੀਂ ਹੁੰਦੀ ਰੋਜ਼ੇ ਨਾਲ, ਇਸ ਟਾਈਮ ਜਿਹੜਾ ਵੀ ਕੰਮ ਕਰ ਲਓ ਕਰ ਲਓ, ਸ਼ਾਮ ਨੂੰ ਇਹ ਹੁੰਦਾ ਕਿ ਹੁਣ ਟਾਈਮ ਹੋ ਰਿਹਾ, ਚਲੋ ਖਾਣਾ ਵਗੈਰਾ ਬਣਾ ਲਈਏ, ਹੁਣ ਅਵਤਾਰ ਦਾ ਤਿਆਰੀ ਕਰ ਲਈਏ, ਕੱਪੜੇ ਮੈਂ ਕਿਹਾ ਹੋਏ ਸੀ ਧੋਤੇ ਹੀ ਨਹੀਂ ਹੈ, ਬਾਰਿਸ਼ ਦੇ ਕੁਛ ਗਿੱਲੇ ਹੋਏ ਪਏ, ਕਿ ਅੱਜ ਕੱਪੜਿਆਂ ਦਾ ਕੰਮ ਤਾਂ ਖਤਮ ਕਰੀਏ, ਮੰਜੀ ਦੇ ਵੈਲਡ ਟੁੱਟੇ ਹੋਏ ਸੀ ਔਰ ਅੱਜ ਵੈਲਡ ਕਰਵਾ ਲਈਏ, ਇੱਧਰੋਂ ਵੀ ਉਹਨਾਂ ਨੇ ਕਹਿਣਾ ਸੀ ਪੱਕਾ ਵੈਲਡ ਕਰਕੇ ਦੇਣਾ, ਇਸ ਤੋਂ ਵੱਧ ਹੋਰ ਕੀ ਪੱਕਾ ਹੋ ਸਕਦਾ, ਸਹੀ ਕੀਤਾ, ਇੱਧਰ ਨਹੀਂ ਵੈਲਡ ਹੋਇਆ, ਇੱਧਰ ਵੀ ਹੋਇਆ, ਚਾਰੇ ਪਾਵਿਆਂ ਦੇ ਤਿੰਨ ਪਾਵੇ, ਚੌਥਾ ਕਿੱਥੋਂ ਲੈ ਆਉਂਦਾ ਜੀ, ਉਹ ਤਾਂ ਸਹੀ ਪਿਆ, ਆਹ ਵੇਖੋ ਮੈਨੂੰ ਤਾਂ ਨਜ਼ਰ ਆ ਰਿਹਾ ਕਿ ਐਵੇਂ ਜੋੜ ਲੱਗਾ ਆ, ਥੋੜਾ ਜਿਹਾ ਸੀ ਨਾ ਉਹ ਟੁੱਟਾ, ਇਧਰੋਂ ਜ਼ਿਆਦਾ ਸੁੱਟ ਟੁੱਟੇ ਸੀ, ਉਹਦੇ ਨਾਲ ਖਾਣੀ ਨਾ ਤੇਰੀ ਸੁੱਧ ਬੋਧ ਕੰਮ ਨਹੀਂ ਕਰਦੀ, ਹਿੱਲ ਗਿਆ ਦਿਮਾਗ, ਹਨਾ ਚਲੋ ਤੇਰਾ ਦਿਮਾਗ ਹਿੱਲਿਆ, ਸਾਨੂੰ ਤੇਰਾ ਨਾ ਹਿਲਾ ਦੂੰ, ਅਸੀਂ ਕਦੋਂ ਹਿਲਾਇਆ ਤੁਹਾਨੂੰ, ਹੁਣ ਇਹਦਾ ਜ਼ਰਾ ਵਾਨ ਸਿੱਧਾ ਕਰ ਦਿਓ ਕਰਕੇ ਨਾ ਸੈੱਟ, ਮੰਜੀ ਨੂੰ ਅਤੇ ਇਹਦੀ ਪੈਨ ਪਾ ਦਿਓ, ਇੰਨੀ ਕੁ ਮਿਹਰਬਾਨੀ ਕਰ ਦਿਓ, ਫਿਰ ਮੈਂ ਧੋ ਲਵਾਂਗੀ ਮੰਜੀ ਨੂੰ, ਪੈਨ ਮੈਂ ਪਾ ਕੇ ਦੇਵਾਂ, ਹੋਰ ਕਿੰਨੇ ਪਾ ਕੇ ਦੇਣੇ, ਤੁਸੀਂ ਪਾ ਕੇ ਦੇਣੀ ਆ, ਉਦੋਂ ਤੇਰੀ ਮੇਰੀ ਇਹ ਜ਼ੁਬਾਨ ਹੋਈ ਸੀ ਕਿ ਇਹਨੂੰ ਤੂੰ ਖੋਲ ਦੇ ਪੈਨ ਨੂੰ, ਅੱਛਾ ਤੇ ਵੈਲਡ ਕਰਾ ਕੇ ਲਿਆ, ਉਹਦੇ ਬਾਅਦ ਜੋ ਮਸਲਾ ਮਸਾਇਲ ਮੈਂ ਤਾਂ ਖੁਦ ਹੱਲ ਕਰਾਂਗੀ, ਪੈਨਾਂ ਵੀ ਖੁਦ ਪਾਣੀ ਆ, ਉਦੋਂ ਦੀ ਗੱਲ ਉਦੋਂ ਨਾ ਗਈ, ਹੁੰਦੀ ਹੁਣ ਨਾ ਹੀ ਹੁਣ ਤੇ ਪੈਨ ਪਾ ਦੋ, ਰਾਤ ਗਈ ਬਾਤ ਗਈ, ਵਾਹ ਸਿਆਸਤ ਦਾ, ਚਲੋ ਲਿਆਓ ਇਹਦੀਆਂ ਪੈਨਾਂ ਮੈਂ ਕੱਸ ਦਿੰਦਾ, ਹਾਂ ਪੈਨਾਂ ਕੱਸ ਦੋ ਤੇ ਫਿਰ ਇਹਨੂੰ ਮੈਂ ਧੋ ਲਾਂਗੀ, ਕਿਉਂਕਿ ਮੰਜੀ ਖੜੀ ਰਹੀ ਨਾ ਵਾਵਾ 2-3 ਮਹੀਨੇ, ਬਹੁਤ ਗੰਦੀ ਹੋਈ ਹੈ, ਫਿਰ ਸਾਫ਼ ਸੁਥਰੀ ਹੋ ਜਾਏਗੀ, ਕੱਪੜੇ ਧੋਲੇ ਸੀ ਮੈਂ ਕਿਹਾ ਹੁਣ ਤੇ ਖਲਾ ਦੇਣੀ ਹੈ।
ਅਜੀ ਮਰੀ ਮਾਸ਼ਾਅੱਲਾ ਤਿਆਰ ਹੋ ਗਿਆ, ਅਰਬੀ ਦਾ ਟਾਈਮ ਹੋ ਗਿਆ, ਸਿਪਾਰੇ ਅੰਦਰ ਪਏ ਪੇਟ ਤੇ ਕੁਰਾਨ ਪਾਕ ਤੇ ਅੰਦਰੋਂ ਲੈ ਆਓ। ਇਹ ਟਾਈਮ ਚੇਂਜ ਕਰਤਾ ਰੋਜ਼ਿਆਂ ਦਾ ਕਰਕੇ, 2 ਵਜੇ ਜਾਣਾ ਵਾ ਤੇ 3 ਵਜੇ ਛੁੱਟੀ 4 ਵਜੇ ਛੁੱਟੀ 3 ਵਜੇ। ਚਲੋ ਜੀ ਸਹੀ, ਚਲੋ ਜੀ ਮਾਸ਼ਾਅੱਲਾ ਬੱਚੇ ਤਿਆਰ, ਚਲੋ ਫਿਰ ਸ਼ਾਬਾਸ਼ ਅੱਛੇ ਬੱਚੇ। ਵਾਲੇਕੁਮ ਅਸਲਾਮ ਬਣਾ ਲੱਗੀਆਂ ਜੀ ਆਲੂ ਅੰਡਿਆਂ ਦਾ ਸਾਲਨ। ਗੈਸ ਆ ਗਿਆ ਖਾਣੇ ਲਈ, ਮਨੀਰ ਇੱਧਰ ਬੋਤਲ ਪੀ ਲਿਆ ਜੀ, ਪੜ ਕੇ ਆ ਗਿਆ ਨੀ ਅਰਜੀ। ਉਹ ਮੈਨੂੰ ਇੱਧਰ ਬਣਾ ਦਿਓ ਟੋਕਰੀ ਔਰ ਚੁਰੀ, ਚੁਰੀ ਮੇਰੇ ਕੋਲ ਹੈਗੀ ਹੈ, ਟੋਕਰੀ ਬਣਾ ਦਿਓ ਅਤੇ ਮੈਂ ਉਹਨੂੰ ਕੱਟ ਲਵਾਂ ਠੀਕ ਹੈ। ਹਾਂਜੀ ਮੰਮਾ ਜੀ ਕੱਟ ਰਹੀ ਆਲੂ। ਹਾਂਜੀ ਮੈਂ ਕਿਹਾ ਆਲੂ ਕੱਟ ਲਾ ਔਰ ਮਸਾਲਾ ਵਗੈਰਾ ਵੀ ਕੱਟ ਕੇ ਬਣਾ ਕੇ ਫਿਰ ਬਣਾਵਾਂਗੇ ਸਾਰਾ, ਕੋਈ ਸਾਰਾ ਕੁਛ ਬਣਾ ਕੇ ਰੱਖ ਲਵਾਂ ਪਹਿਲੇ ਫਿਰ ਬਣਾਵਾਂਗੇ। ਬਿਸਮਿਲ੍ਲਾ ਰਹਿਮਾਨ ਰਹੀਮ। ਤੋ ਜੀ ਪਿਆਜ਼ ਨੂੰ ਰੱਖ ਦਿਓ ਉੱਪਰ ਮਿੰਟ ਨਾਲ ਬਰਾਊਨ ਹੋ ਜਾਣ, ਘਿਓ ਪਾਤਾ ਮੈਂ ਔਰ ਟਮਾਟਰ ਵੀ ਕੱਟ ਲਏ, ਆਲੂ ਵੀ ਧੋ ਲਿਆ ਹੀ ਮੈਂ, ਇਹ ਅਦਰਕ ਲਸਣ ਔਰ ਹਰੀ ਮਿਰਚ ਮੈਂ ਕਿਹਾ ਨਾਲ ਮਸਾਲਾ ਬਣਾ ਲਵਾਂ ਔਰ ਨਾਲ ਪਿਆਜ਼ ਬਰਾਊਨ ਹੋ ਜਾਣ। ਚਲੋ ਉਹਦੇ ਜੀ ਬਰਾਊਨ ਹੋਣ ਪਾ ਲਈ ਮਸਾਲਾ, ਬਿਸਮਿਲ੍ਲਾ ਰਹਿਮਾਨ ਰਹੀਮ। ਅੱਛੀ ਤਰ੍ਹਾਂ ਭੁੰਨ ਕੇ ਫਿਰ ਪਾ ਦਾਂਗੇ ਜੀ ਆਲੂ, ਮਸਾਲਾ ਮਾਸ਼ਾਅੱਲਾ ਜੀ ਬਣ ਗਿਆ। ਹੁਣ ਪਾਉਣ ਲੱਗੀ ਆ ਜੀ ਆਲੂ, ਆਲੂ ਦਾ ਰੱਖ ਭੁੰਨ ਕੇ ਥੋੜ੍ਹਾ ਜਿਹਾ ਪਾਣੀ ਪਾ ਦਾਂਗੇ, ਜਿਵੇਂ ਆਲੂ ਗਲਣਗੇ ਫਿਰ ਆਂਡੇ ਵਿੱਚ ਮਿਕਸ ਕਰ ਦਾਂਗੇ। ਹਾਂਜੀ ਮੈਂ ਕਿਹਾ ਨਾਲ ਹੀ ਸਾਲਣ ਬਣਦਾ ਪਿਆ ਹੈ ਔਰ ਨਾਲ ਹੀ ਮੈਂ ਆਟਾ ਗੁੰਨ ਕੇ ਰੱਖ ਲੈਂਦੀ ਹਾਂ, ਕਿਉਂਕਿ ਇਸ ਟਾਈਮ ਹੁੰਦਾ ਟਾਈਮ ਥੋੜ੍ਹਾ, ਫਿਰ ਅਤੇ ਫਿਰ ਹੁੰਦਾ ਵੀ ਜਲਦੀ ਜਲਦੀ ਬਣਾ ਲਈਏ ਅਤੇ ਗੈਸ ਵੀ ਨਾ ਰੋਜ਼ ਜਲਦੀ ਫਿਰ ਬੰਦ ਹੋ ਜਾਂਦਾ ਹੈ, 7:30 ਵਜੇ ਜਲਦੀ ਬੰਦ ਹੋ ਜਾਂਦਾ। ਆ ਜਾਣਾ ਮੇਰੇ ਸਮੇਂ ਤਬੀਅਤ ਕੁਛ ਖਰਾਬ, ਬਲੱਡ ਪਤਾ ਨਹੀਂ ਹਾਈ ਹੋ ਰਿਹਾ ਕੀ ਹੋ ਰਿਹਾ, ਸਿਰ 'ਚ ਬਹੁਤ ਦਰਦ ਹੋ ਰਹੀ, ਮੈਂ ਕਿਹਾ ਜਲਦੀ ਜਲਦੀ ਮੈਂ ਖਾਣਾ ਬਣਾ ਲਵਾਂ। ਤੋ ਜੀ ਮਾਸ਼ਾਅੱਲਾ ਆਲੂ ਗਲ ਗਏ ਨੇ, ਹੁਣ ਮੈਂ ਪਾਉਣ ਲੱਗੀ ਜੀ ਆਂਡੇ, ਜਰਾ ਕਿਤੇ ਪੱਕ ਜਾਣਗੇ ਨਾ। ਜੀ ਆਂਡੇ ਪਾ ਦਿੱਤੇ ਸੀ ਮੈਂ ਔਰ ਮੈਂ ਕਿਹਾ ਜਰਾ ਕਰਨ ਹਿਲਾ ਲਾਂਗੀ, ਜਰਾ ਥੋੜ੍ਹਾ ਜਿਹਾ ਪੱਕ ਲੈਣ ਮਿਕਸ ਕਰ ਲਾਂਗੇ, ਵਿੱਚ ਮਿਕਸ ਹੋ ਜਾਣਗੇ, ਹਲਕੀ ਜਿਹੀ ਅੱਗ 'ਤੇ ਜਰਾ ਕੁ ਦਮ ਲਾ ਦਾਂਗੇ ਘਿਓ ਨਿਕਲ ਜਾਏਗਾ। ਕੱਪੜੇ ਲਾਹ ਲਵਾਂ ਔਰ ਲਾ ਕੇ ਰੱਖ ਦੇਣਾ ਅੰਦਰ ਥੋੜ੍ਹੇ ਥੋੜ੍ਹੇ ਕਰਕੇ, ਮੈਂ ਕਿਹਾ ਧੋਈ ਜਾਵਾਂਗੇ ਕਿਉਂਕਿ ਬਾਰਿਸ਼ ਨਾ ਹੋਵੇ ਨਾ ਖਰਾਬ, ਸਾਰੇ ਇਕੱਠੇ ਨੇ ਧੋਪਦੇ ਹੱਥ ਨਾਲ ਧੋਣੇ ਹੁੰਦੇ ਨੇ ਫਿਰ, ਔਰ ਅਗਰ ਸਾਰੇ ਚਲੋ ਜੀ ਮਤ ਮਾਰੇ ਬੰਦਾ ਧੋ ਵੀ ਲਵੇ ਥਕਾਵਟ ਹੋ ਜਾਣੀ ਜ਼ਿਆਦਾ, ਫਿਰ ਉਹਦਾ ਰੱਖਿਆ ਤਾਂ ਮੇਰੀ ਇੰਨੀ ਮਤ ਵੀ ਹੁੰਦੀ, ਫਿਰ ਇਸ ਕਰਕੇ ਮੈਂ ਕਿਹਾ ਥੋੜ੍ਹੀ ਦੇਰ ਧੋਈ ਜਾਵਾਂਗੀ ਅਤੇ ਨਾਲ ਨਾਲ ਫਿਰ ਵੀ ਰੱਖੀ ਜਾਵਾਂਗੀ। ਮਾਸ਼ਾਅੱਲਾ ਜੀ ਰੋਟੀ ਬਣਦੀ ਪਈ ਹੈ ਔਰ ਤਾਏ ਦਾ ਟਾਈਮ ਨਜ਼ਦੀਕ ਆ ਰਿਹਾ, ਜਲਦੀ ਬਣਾ ਲਵਾਂ, ਇਸ ਟਾਈਮ ਹੁੰਦਾ ਕਿ ਜਲਦੀ ਜਲਦੀ ਕਰ ਲਓ ਬਈ ਟਾਈਮ ਹੋਰ ਥੋੜ੍ਹਾ ਹੁੰਦਾ ਹੈ ਔਰ ਜਲਦੀ ਜਲਦੀ ਖਾਣਾ ਬਣਾ ਲਓ ਔਰ ਅਫਤਾਰੀ ਦੀ ਤਿਆਰੀ ਕਰ ਲਓ। ਮਾਸ਼ਾਅੱਲਾ ਰੋਟੀ ਬੋਲਦੀ ਪਈ ਹੈ, ਇਹ ਹੁਣ ਪਤਾ ਵੀ ਕਿੰਨੂੰ ਜ਼ਿਆਦਾ ਭੁੱਖ ਲੱਗੀ ਹੈ। ਮਾਸ਼ਾਅੱਲਾ ਅਫਤਾਰੀ ਦਾ ਟਾਈਮ ਹੋ ਗਿਆ ਔਰ ਮੌਲਵੀ ਨੇ ਕਹਿ ਤਾ ਜੀ ਰੋਜ਼ਾ ਖੋਲ੍ਹ ਲਓ ਰੋਜ਼ੇਦਾਰੋ,
ਆਲੇ ਪੈਰੇ ਪੈਰ ਪੈ ਜਿਸ ਤੇ ਰੋਲਾ ਖੁੱਲਣਾ ਸੱਕਾ ਰੋਲਾ ਖੁੱਲਣਾ ਤੇ ਮਾਸ਼ਾਅੱਲਾ ਸ਼ਾਮ ਦਾ ਟਾਈਮ ਹਫ਼ਤਾ ਤੋਂ ਬਾਅਦ ਮੌਸਮ ਦੇਖੋ ਜੀ ਬੱਦਲ ਬਦਲਾ ਮਾਮਾ ਔਰ ਬੱਦਲ ਦੇਖੋ ਤੁਸੀਂ ਕਿੰਨੇ ਪਿਆਰੇ ਨੇ ਲਹਿਰ ਦੇਖੋ ਸਫੈਦ ਸਫੈਦ ਔਰ ਕਾਲੇ ਕਾਲੇ ਬੱਦਲ ਨਮਾਜ਼ ਮਾਸ਼ਾਅੱਲਾ ਪੜ੍ਹ ਲਈ ਸੀ ਹੁਣ ਇਕਰਾ ਨਮਾਜ਼ ਪੜ੍ਹਦੀ ਪਈ ਹੈ ਮਾਸ਼ਾਅੱਲਾ ਉਹਨੇ ਵੀ ਪੜ੍ਹ ਲਈ ਖਾਣਾ ਖਾ ਲਿਆ ਸੀ ਔਰ ਹੁਣ ਬਣਾ ਰਹੀ ਹੈ ਜਿਵੇਂ ਚਾਏ ਔਰ ਇੱਧਰ ਬੈਠੇ ਨਦੀਮ ਵੀ ਚਾਏ ਦੀ ਇੰਤਜ਼ਾਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਹਾਂਜੀ ਮਤਲਬ ਨੀਂਦ ਆ ਰਹੀ ਹੈ ਨੀਂਦ ਆ ਰਹੀ ਚਾਏ ਪੀਓ ਨੀਂਦ ਉੱਡ ਜਾਏਗੀ ਹਾਂ ਬੈਟਰੀ ਫੁੱਲ ਹੋ ਜਾਏਗੀ ਚਾਹ ਪੀ ਲੈ ਨਾਲ ਹਾਂ ਇਹ ਤੇ ਹੈ ਜੇ ਨਾ ਮੇਰਾ ਲੱਗਦਾ ਵੀ ਚਾਹ ਪੀ ਤੈਨੂੰ ਹੋਸ਼ ਆ ਗਏ ਤਲਬ ਜਿੰਨੂੰ ਹੋਈ ਹੈ ਜਾ ਸਹੀ ਗੱਲ ਸਾਰੀ ਵਕਤ ਨਾ ਦੋ ਤਿੰਨ ਪਿਆਲੀਆਂ ਪੀ ਲਿਆ ਕਰ ਚਾਹ ਦੀ ਭਾਵੇਂ ਦੋ ਤਿੰਨ ਪੀ ਵੀ ਲਈਏ ਫਿਰ ਜਿਹੜੀ ਸਾਰਾ ਦਿਨ ਦੀ ਤਲਬ ਉਹ ਤਾਂ ਨਹੀਂ ਖਤਮ ਹੋਣੀ ਇੱਕ ਨਾ ਜਿਹੜਾ ਪੈਸੇ ਮਿਲੇ ਖਰਚਣ ਵਾਸਤੇ ਉਹ ਵੀ ਚੌਕ ਥੋੜ੍ਹੇ ਖਰਚ ਲੈਂਦੀ ਸੀ ਬਾਕੀ ਆਪਣਾ ਗੱਲਾਂ ਪਾਇਆ ਸੀ ਉਹਨੇ 10 ਰੁਪਏ ਖਰਚ ਲਏ 10 ਰੁਪਏ ਗੱਲੇ 'ਚ ਪਾਈ ਜਾਂਦੀ ਸੀ ਪਰ ਇਹ ਗੱਲਾਂ ਸਾਰਾ ਖਰਾਬ ਫਟਿਆ ਆ ਸੀ ਕਹਿੰਦੀ ਮੰਮਾ ਇਹ 'ਚੋਂ ਪੈਸੇ ਨਹੀਂ ਪਾਉਣੇ ਨਿਕਲ ਜਾਂਦੇ ਅਤੇ ਹੁਣ ਆਹ ਗੱਲਾਂ ਲਿਆਉਂਦਾ ਜੀ ਹੁਣ ਉਹ 'ਚੋਂ ਪੈਸੇ ਕੱਢ ਕੇ ਹੁਣ ਦੂਸਰੇ ਗੱਲੇ 'ਚ ਪਾ ਰਹੇ ਆ ਚਲੋ ਜੀ ਪਾਓ ਪਾਕਿਸਤਾਨ ਇੰਡੀਆ ਬਰੋਨੇਮਾਰ ਤੋਂ ਦੇਖਦੇ ਪਏ ਉਹਨਾਂ ਸਭ ਨੂੰ ਅਸਲਾਮ ਅਲੈਕੁਮ ਪਾਕਿਸਤਾਨ ਜ਼ਿੰਦਾਬਾਦ ਅੱਲਾ ਹਾਫਿਜ਼